कौन है पंजाब की दबंग SHO करमजीत कौर? इन्हें दिनी सोशल मीडिया से छाए हुए ने दबंग मैडम। इस महिला SHO ने उड़ाई है नशा तस्करां दी नींद। की रहता है दिन भर का शेड्यूल? जी हाँ, ये वो सब इंस्पैक्टर ने जिन्होंने नशा तस्करां नूं भाजड़ा पाई रखिया ने। तस्कर मैडम नूं देख के कंधा कौले टप जाते ने। सब इंस्पैक्टर करमजीत कौर का कुछ अंदाज ही अजिहा जिसने तस्करां दा जिउणा हराम किया होया। साडे पत्रकार सूरज भान दे वल्लों इन्ने दिनी चर्चा का विशा बनी सब इंस्पैक्टर करमजीत कौर दे नाल खास गलबात की। पिछले काफ़ी दिनों तो पंजाब पुलिस की एक महिला सब इंस्पैक्टर वीडियो सोशल मीडिया से वायरल हो रही ने। हर कोई जानना चाहता है कि महिला पुलिस सब इंस्पैक्टर है कौन, किस पुलिस थाने दे विच तैनात ने, ते आखिरकार इन्ने दबंग क्यों नज़र आ रहे हैं? कोई इसनू दबंग SHO कहिंदा ते कोई होर नाम दिंदा। आपां गलबात उस महिला सब इंस्पैक्टर दे नाल करदे आं। मैम पहला तुहाडा स्वागत है जी न्यूज़ 18 पंजाब ते। थैंक यू मेहरबान। करमजीत कौर है कौन, किस बैग दे ऑफिसर ने, कदों भर्ती होए, इहदे बारे दस्सो। मैं जी एज ए सब इंस्पैक्टर जिहड़ा सीगा 2017 दे विच मैं भर्ती हुई हाँ। और जिहड़ी सी मेरी नंबर सीगा उदों मेरी ज्वाइनिंग जिहड़ी अमृतसर डिस्ट्रिक्ट तों सी, उस तों बाद फिर मेरी ट्रांसफर हुई। मैं जिहड़ा मानसा डिस्ट्रिक्ट दे विच पोस्टड रही हाँ थाणा जौड़कियां और झनीर दे विच। उस तों जिहड़ी मेरी बठिंडा जदों मेरी ट्रांसफर हुई उदों मेरा फस्ट थाणा सी कनाल कलोनी बठिंडा और सैकेंड हैगा थाणा निंगाला। मैं पोस्टड हाँ बतौर SHO पिछले 2 महीने तों। नशा तस्करां नूं अक्सर तुसीं विगारदे नज़र आउंदे हो, तुहाडियां वीडियो बड़ियां सोशल मीडिया ते हिट हुंदियां ने। कोई दबंग SHO कहिंदा है, कोई आपदे वक्रे वक्रे नाम दिंदा हैगा, वीडियो वायरल दा राज की है? कुछ लोग कहिंदे कि वीडियो वायरल कीतियां जांदियां ने। देखो जिहड़ियां वीडियोज़ तुसीं सारयां ने देखियां होणियां ने उह प्रोफैशनल तरीके नाल नहीं बणियां, जिथों वी आपां इह कहीए कि प्रोफैशनल, उह उत्थे पब्लिक ही कदों बना लैंदी है मैनूं वी नहीं पता। मैनूं वायरल होण तों बाद फोन आउंदे ने कि तुहाडी वीडियो जिहड़ी है वायरल हो गई, और मैं ਬਹੁਤੀਆਂ ਵਿੱਚੋਂ ਦੇਖੀਆਂ ਵੀ ਨਹੀਂ ਕਿਹੜੀਆਂ ਕਿਹੜੀਆਂ ਵਾਇਰਲ ਹੋ ਗਈਆਂ, ਕਿਉਂਕਿ ਸਾਡਾ ਇੱਕੋ ਹੀ ਕੰਮ ਹੈ, ਇੱਕੋ ਰੂਟੀਨ, ਇੱਕੋ ਪੈਟਰਨ 'ਤੇ ਅਸੀਂ ਕੰਮ ਕਰਦੇ ਆ ਰਹੇ ਹਾਂ। ਮਤਲਬ ਇਹਦੇ ਵਿੱਚ ਜੇ ਮੈਂ ਸਭ ਤੋਂ ਵੱਡਾ ਤੁਹਾਨੂੰ ਯੋਗਦਾਨ ਕਹਾਂ ਤਾਂ ਜਿਹੜਾ ਜ਼ਿਲ੍ਹਾ ਮੁਖੀ ਦਾ ਹੀ ਹੁੰਦਾ ਹੈ, ਜੋ ਸਾਡੇ SSP ਸਾਹਿਬ ਜਿਹੜੇ ਮਾਨਯੋਗ ਸਾਡੇ SSP ਸਾਹਿਬ ਡਾਕਟਰ ਗੁਲਨੀਤ ਖੁਰਾਣਾ ਜੀ, ਔਰ ਉਹਨਾਂ ਨੇ ਬੜਾ ਇਸਨੂੰ ਜਿਹੜਾ ਸੀਰੀਅਸ ਲਿਆ ਹੋਇਆ ਡਰੱਗਸ ਨੂੰ, ਕਿ ਦੇਖੋ ਤੁਸੀਂ ਪਿੰਡਾਂ ਪਿੰਡਾਂ ਦੇ ਵਿੱਚ ਡਰੱਗਸ ਨੂੰ ਲੈ ਕੇ ਕੰਟਰੋਵਰਸੀਜ਼ ਹੋ ਰਹੀਆਂ ਨੇ, ਕਈ ਥਾਵਾਂ 'ਤੇ ਹਿੰਸਕ ਘਟਨਾਵਾਂ ਵੀ ਹੋ ਰਹੀਆਂ ਨੇ। ਉਹਨਾਂ ਸਾਰੀਆਂ ਚੀਜ਼ਾਂ ਨੂੰ ਕਾਬੂ ਕਰਨ ਲਈ ਔਰ ਸਮਾਜ ਨੂੰ ਜਿਹੜੀ ਇੱਕ ਸਾਫ਼ ਸੁਥਰਾ ਸਮਾਜ ਸਿਰਜਣ ਲਈ ਅਸੀਂ ਆਪਣਾ ਯੋਗਦਾਨ ਪਾ ਰਹੇ ਹਾਂ। ਕਮੇਟੀਆਂ ਕਾਫ਼ੀ ਬਣਦੀਆਂ ਨੇ ਨਸ਼ਾ ਰੋਕਣ ਨੂੰ, ਨਸ਼ਾ ਫੜਨ ਨੂੰ ਲੈ ਕੇ ਪੁਲਿਸ ਦੇ ਨਾਲ ਨਾਲ ਸੀਨੀਅਰ ਅਫਸਰਾਂ ਦੇ ਨਾਲ ਨਾਲ ਕਮੇਟੀਆਂ ਦਾ ਸਹਿਯੋਗ ਕਿੰਨਾ ਮਿਲ ਰਿਹਾ ਤੁਹਾਨੂੰ? ਸੀਨੀਅਰ ਆਫਿਸਰਸ ਦੇ ਨਾਲ ਨਾਲ ਜਿਹੜਾ ਹੈਗਾ ਪਬਲਿਕ ਦਾ, ਜੇ ਆਪਾਂ ਸਹਿਯੋਗ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਜਿਹੜਾ ਸਪੋਰਟ ਪਬਲਿਕ ਵੱਲੋਂ ਮਿਲ ਰਹੀ ਹੈ ਮੈਨੂੰ। ਮਤਲਬ ਪਬਲਿਕ ਜਿਹੜੀ ਹਰ ਥਾਂ 'ਤੇ ਸਾਡੇ ਨਾਲ ਖੜ੍ਹਦੀ ਹੈ, ਜਿਹੜਾ ਪਿਛਲੇ ਦਿਨ ਹੀ ਸਾਡਾ ਮਤਲਬ 1-2 ਪਿੰਡ ਕਲੀਅਰ ਹੋਏ ਨੇ, ਅਤੇ ਉਹ ਪਬਲਿਕ ਦੇ ਸਹਿਯੋਗ ਨਾਲ ਹੀ ਹੋਏ ਨੇ। ਮਤਲਬ ਪਬਲਿਕ ਸਾਡੇ ਨਾਲ ਰਹੀ, ਸਾਡੇ ਆਫਿਸਰਸ ਦਾ ਸਹਿਯੋਗ ਸਾਡੇ ਨਾਲ ਰਿਹਾ। ਤੁਸੀਂ ਸੁਣਿਆ ਹੁਣ ਡਾਕਟਰ ਰਮਨ ਸਿੰਗਲਾ ਜੀ ਸਾਡੇ ਜਿਹੜੇ ਸਕੈਟਰਿਕ ਹੈਗੇ ਨੇ, ਉਹਨਾਂ ਤੋਂ ਪੁੱਛੋ, ਕਹਿੰਦੇ ਜੀ ਪੂਰੇ ਮੇਰਾ ਜਿਹੜਾ ਸੈਂਟਰ ਬਣਿਆ ਹੋਇਆ ਸੀ ਉਹ 400 ਕਿੱਲੇ ਵਾਲਾ ਪੂਰੇ ਬੈੱਡ ਕਹਿੰਦੇ ਫਿੱਲ ਹੋ ਗਏ ਆ ਹੁਣ ਤੱਕ। ਮਤਲਬ ਇਹ ਨਹੀਂ ਹੈ ਕਿ ਇਕੱਲੇ ਪਰਚੇ ਹੋਏ ਨੇ, ਜਿਹੜੇ ਛੱਡਣਾ ਚਾਹੁੰਦੇ ਸੀ ਨੌਜਵਾਨ ਆਪਣੇ ਆਪ ਵੀ ਪ੍ਰੇਰਿਤ ਹੋ ਕੇ ਬਹੁਤ ਜ਼ਿਆਦਾ ਗਏ, ਸਾਡੇ ਥਰੂ ਵੀ ਗਏ ਔਰ ਆਪਣੇ ਆਪ ਵੀ ਗਏ ਨੇ ਉੱਥੇ, ਤਾਂ ਸਾਨੂੰ ਲੱਗਦਾ ਹੈ ਵੀ ਇਹ ਕਿਤੇ ਨਾ ਕਿਤੇ ਆਪਣੀ ਪ੍ਰੋਗਰੈਸ ਹੈਗੀ ਹੈ। ਪਿਛਲੇ ਦਿਨਾਂ ਦੀ ਵੀਡੀਓ ਦੀ ਗੱਲ ਕਰਾਂ, ਵੀਡੀਓ ਵਾਇਰਲ ਹੋਈ ਇੱਕ ਟੋਲ ਪਲਾਜ਼ਾ ਦੇ ਉੱਪਰ, ਤੁਸੀਂ ਬੜਾ ਦਬੰਗ ਰੋਲ ਅਦਾ ਕੀਤਾ, ਸ਼ਾਇਦ ਤੁਸੀਂ ਗਿਰ ਵੀ ਗਏ ਸੀਗੇ, ਕੀ ਹੋਇਆ, ਕਿਸ ਇੰਸੀਡੈਂਟ ਕੀ ਸੀਗਾ? ਬੇਸਿਕਲੀ ਉੱਥੇ ਇੱਕ ਯੂਨੀਅਨ ਸੀਗੀ ਜਿਹੜੀ ਪੰਨੂ ਐਂਡ ਪੰਧੇਰ ਗਰੁੱਪ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆਈ ਹੋਈ ਸੀ, ਉਹਨਾਂ 'ਚੋਂ ਕਿਸੇ ਮੈਂਬਰ ਦਾ 1 ਤਰੀਕ ਨੂੰ ਕੋਈ ਟੋਲ 'ਤੇ ਮਤਲਬ ਪਰਚੀ ਕੱਟੀ ਗਈ, ਤਾਂ ਉਹਨਾਂ ਨੇ ਬਿਨਾਂ ਇੰਟੀਮੇਸ਼ਨ ਦਿੱਤੇ 4 ਤਰੀਕ ਨੂੰ ਉਹ ਗਰੋਥ ਮਤਲਬ ਪੂਰੇ ਇਕੱਠੇ ਗੈਦਰਿੰਗ 30-35 ਜਣੇ ਹੋ ਕੇ ਆ ਗਏ, ਔਰ ਆਪਣੀ ਉਹਨਾਂ ਦੀ ਯੂਨੀਅਨ ਦੀ ਕੋਈ ਇੰਟੀਮੇਸ਼ਨ ਨਹੀਂ ਸੀ ਪ੍ਰਸ਼ਾਸਨ ਨੂੰ, ਔਰ ਜਿਹਦੇ ਕਰਕੇ ਆਪਾਂ ਨੂੰ ਸਿਕਿਉਰਿਟੀ ਪ੍ਰਬੰਧ ਕਰਨੇ ਜ਼ਰੂਰੀ ਹੁੰਦੇ। ਤੁਸੀਂ ਸਾਰੇ ਜਾਣਦੇ ਹੋ ਕਿ ਇਹ ਨੈਸ਼ਨਲ ਹਾਈਵੇ ਆ, ਇੱਥੇ ਜਿੰਨੇ ਪਰਚੀ ਕਟਵਾ ਕੇ ਲੰਘਣਾ ਉਹ ਬੰਦਾ ਹੁਣ ਗਰਮੀ ਦਾ ਟਾਈਮ ਉਹ ਵੀ ਪਰੇਸ਼ਾਨ ਹੁੰਦਾ, ਔਰ ਜਿਹੜਾ ਉੱਥੇ ਮਾੜਾ ਇੰਸੀਡੈਂਟ ਇਹ ਹੋਇਆ ਕਿ ਉੱਥੇ ਜਿਹੜੇ ਵਿੰਡੋ ਮੈਨ ਲੜਕੀਆਂ ਹੈਗੀਆਂ ਨੇ, ਔਰ ਜਦੋਂ ਲੜਕੀਆਂ ਨਾਲ ਬੈਸਬਾਜ਼ੀ ਹੋ ਜਾਵੇ ਤਾਂ ਫਿਰ ਔਰਤਾਂ ਦੀ ਸੁਰੱਖਿਅਤ ਕਰਨਾ ਸਾਡਾ ਫਰਜ਼ ਹੀ ਬਣਦਾ। ਤੁਸੀਂ ਮੇਰੇ ਖਿਆਲ 'ਚ ਗਿਰ ਵੀ ਗਏ ਸੀਗੇ, ਗਿਰਦੇ ਗਿਰਦੇ ਤੁਹਾਨੂੰ ਸੰਭਲਿਆ ਹੈ ਨਾ? ਹਾਂਜੀ, ਉੱਥੇ ਕਿਉਂਕਿ ਅਸੀਂ ਉਹਨਾਂ ਨੇ ਸਾਨੂੰ ਕੋਈ ਇੰਟੀਮੇਸ਼ਨ ਨਹੀਂ ਦਿੱਤੀ ਸੀ, ਅਸੀਂ ਵੀ ਹਾਲਾਤ ਜਾਇਜ਼ਾ ਲੈਣ ਗਏ ਸੀ। ਉੱਥੇ ਜਾਂਦੇ ਜਦੋਂ ਅਸੀਂ ਦੇਖਿਆ ਵੀ ਔਰਤਾਂ ਨਾਲ ਥੋੜ੍ਹਾ ਉਲਝ ਰਹੇ ਨੇ, ਤਾਂ ਫਿਰ ਸਾਨੂੰ ਉਹਨੂੰ ਕੰਟਰੋਲ ਕਰਨ ਲਈ ਵਿੱਚ ਇੰਟਰ ਹੋਣਾ ਪਿਆ, ਔਰ ਉੱਥੇ ਅਸੀਂ ਉੱਥੇ ਮੈਂ ਗਿਰ ਵੀ ਗਈ ਸੀ, ਔਰ ਇਹਦੇ 'ਚ ਹੋਇਆ ਇਹ ਵੀ ਉੱਥੇ ਮੌਕੇ 'ਤੇ ਤੁਹਾਨੂੰ ਪਤਾ ਕਸ਼ਮਕਸ਼ ਹੋ ਜਾਂਦੀ ਹੈ, ਅਤੇ ਆਪਾਂ ਉੱਥੇ ਡਿੱਗ ਗਏ ਹਾਂ,
फिर उस तो बाद यूनियन ने भी इस गल का अफसोस प्रगट किया और उन्होंने मतलब रिटर्न से भी सानू कहा भी हाँ ये गलत है। फिर सानू भी लगता सी भी नहीं आपां इवें नहीं उलझना और उन्होंने लड़कियों की तसली भी उन्होंने करवाई कि साडे बंदे की गलती हैगी तुहानू बोल गए क्योंकि वो लड़कियां बेचारियां कैमरे के सामने नहीं आना चाहुंदियां सी प्राइवेट जॉब करदियां ने लेडीज़ का थोड़ा तुहानू पता है ये फिर इज्जत का सवाल हो जांदा है ना तो उन्हां करके फिर मैनू लेडीज़ करके इंटर होना पिया उत्थे। अक्सर तुसीं अग्रेसिव हो जांदे हो कई वीडियो च मैं देखिया ताड़ना करदे नज़र आउंदे हो मन च ख्याल की हुंदा जदों एक नशा करन वाला सामने खड़ा है वार्निंग करन दे बाद भी वह बावजूद भी वो तुहाडी गल नहीं मंनदा गा फिर सख्त किन्ने हुंदे हो? देखो फिर जदों आपां किसी बंदे नूं मौका दे रहे हैं कि तुसीं काम छड्ड जाओ अपना लड़ाई किसी बंदे नाल नहीं है अपनी लड़ाई बुराई नाल है तुसीं ये काम छड्डो तुसीं होर बड़े काम ने कर लो तो फिर जे फिर भी बंदा ठीक नहीं होंदा फिर वो जिहड़ियां मावां बेचारियां इत्थे रोंदियां आउंदियां ने पत्नियां बच्चे लैके आउंदियां ने कि साडे घर वाला नशेड़ी जी फलाने बंदे तो नशा लैंदा जां फलाना बंदा उहनूं फोन करदा कि मेरे कोल माल हैगा तू लै जा तो फिर तुसीं आप ही देखो भी खून खौलदा ही है अपना कि बंदा किन्ने घर खराब कर रहा बच्चे जिन्हां दा स्कूल जाण दा टाइम आ उह रोंदे रोंदे इत्थे ਸਾਡੇ ਕੋਲ ਆ ਰਹੇ ਉਹਨਾਂ ਨਸ਼ੇੜੀਆਂ ਤੇ ਕਰਮਜੀਤ ਕੌਰ ਨੂੰ ਗੁੱਸਾ ਕਿੰਨਾ ਆਉਂਦਾ ਹੈ ਕੀ ਲੱਗਦਾ ਕਿ ਇਹਨੂੰ ਫੜ ਕੇ ਹੁਣੇ ਅੰਦਰ ਕਰਦੇ ਆ ਪਰ ਕਾਨੂੰਨ ਕਈ ਵਾਰੀ ਅਲਾਉ ਨਹੀਂ ਕਰਦਾ ਹੁੰਦਾ ਮਨ ਚ ਕੀ ਆਉਂਦਾ ਹੈ ਨਸ਼ੇ ਨੂੰ ਲੈ ਕੇ ਨਹੀਂ ਜਿਹੜੇ ਨਸ਼ੇੜੀ ਹੈਗੇ ਉਹਨਾਂ ਪ੍ਰਤੀ ਹਮਦਰਦੀ ਵੀ ਹੁੰਦੀ ਹੈ ਕਿ ਕਿਸੇ ਕਿਹੋ ਜੀ ਦਲਦਲ ਚ ਫਸੇ ਆ ਬੱਚਾ ਮਤਲਬ ਕੋਈ ਵੀ ਬੰਦਾ ਆਪਣੇ ਬੱਚੇ ਨੂੰ ਉਹ ਹੀ ਨਹੀਂ ਕਹਿਣ ਦਿੰਦਾ ਪਰ ਜਦੋਂ ਉਹਨਾਂ ਨੂੰ ਨਸ਼ੇ ਦੀ ਲੱਤ ਲੱਗ ਜਾਂਦੀ ਤਾਂ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਉਹਨਾਂ ਦੇ ਬੱਚੇ ਰੁਲਦੇ ਫਿਰਦੇ ਨੇ ਔਰ ਰੋਂਦੇ ਫਿਰਦੇ ਨੇ ਉਹਨਾਂ ਦੀ ਵਾਈਫ ਕਿੱਥੇ ਕਿੱਥੇ ਰੁਲ ਰਹੀ ਹੈ ਤਾਂ ਫਿਰ ਲੱਗਦਾ ਵੀ ਇਹਨਾਂ ਨੂੰ ਪਹਿਲਾਂ ਕੋਸ਼ਿਸ਼ ਇਹੀ ਕਰੀਦੀ ਕਾਉਂਸਲਿੰਗ ਕਰਕੇ ਕਿ ਉਹਨਾਂ ਨੂੰ ਇੱਕ ਵਾਰੀ ਆਪਾਂ ਨਸ਼ਾ ਛੁਡਾਓ ਕੇਂਦਰ ਦੇ ਵਿੱਚ ਟ੍ਰੀਟਮੈਂਟ ਉਹਨਾਂ ਦਾ ਕਰਾਈਏ ਔਰ ਅਸੀਂ ਪਿਛਲੇ ਦਿਨੀ ਜਿਹੜੇ ਹੈਗੇ ਆ 22 ਪੇਸ਼ੈਂਟ ਜਿਹੜੇ ਅਸੀਂ ਐਡਮਿਟ ਵੀ ਕਰਾ ਕੇ ਆਏ ਆ ਔਰ ਜਿਹੜੇ ਆਪਣੇ ਆਪ ਵੀ ਹੋਏ ਨੇ ਔਰ ਉਹ ਜਿਹੜਾ ਪੂਰਾ ਨਸ਼ਾ ਛੁਡਾਓ ਕੇਂਦਰ ਆਪਣਾ ਹੈਗਾ ਤਕਰੀਬਨ ਉੱਥੇ ਸਾਰੇ ਬੈੱਡ ਜਿਹੜੇ ਫੁੱਲ ਹੋ ਗਏ ਨੇ ਔਰ ਇਹਦੇ ਵਿੱਚ ਇੱਕ ਹੋਰ ਵੀ ਗੱਲ ਹੈਗੀ ਜਦੋਂ ਅਸੀਂ ਹਿੰਮਤ ਕੀਤੀ ਸਾਨੂੰ ਐਪਰੀਸ਼ੀਏਟ ਵੀ ਮਿਲਿਆ ਮੈਨੂੰ ਪਿਛਲੇ ਦਿਨ ਇੱਕ ਮਹਿਲ ਕਲਾਂ ਤੋਂ ਕਿਸੇ ਸੁਸਾਇਟੀ ਵੈਲਫੇਅਰ 'ਚੋਂ ਫੋਨ ਆਇਆ ਸੀ ਕਹਿੰਦੇ ਜੀ ਜੇ ਤੁਸੀਂ ਮਤਲਬ ਤੁਹਾਡੇ ਕੋਲ ਇੱਥੇ ਬੈੱਡ ਫੁੱਲ ਹੋ ਗਏ ਆ ਤਾਂ ਤੁਸੀਂ ਸਾਡੀ ਹੈਲਪ ਲੈ ਸਕਦੇ ਹੋ ਸਾਡੇ ਕੋਲ ਕੁਝ ਬੈੱਡ ਹੈ ਅਸੀਂ ਟ੍ਰੀਟਮੈਂਟ ਵੀ ਦੇ ਸਕਦੇ ਅਸੀਂ ਉਹਦੇ ਲਈ ਐਫਰਟ ਵੀ ਤਾਂ ਅੱਜ ਵੀ ਸਾਡਾ ਜਿਹੜਾ ਮਹਿਮਾ ਸਵਾਈ ਪਿੰਡ 'ਚ ਪ੍ਰੋਗਰਾਮ ਹੈਗਾ ਜਿਹੜੀ ਐਂਟੀ ਡਰੱਗ ਕਮੇਟੀਜ਼ ਹੈਗੀਆਂ ਨੇ ਕਾਫੀ ਐਕਟਿਵ ਹੈ ਪਰ ਉਹਨਾਂ ਨੂੰ ਗਾਈਡ ਕਰਨਾ ਬਣਦਾ ਕਿ ਪ੍ਰੋਪਰ ਤਰੀਕੇ ਨਾਲ ਚੱਲਿਆ ਜਾਵੇ ਹਿੰਸਕ ਘਟਨਾਵਾਂ ਨਾ ਹੋਣ ਜਿਵੇਂ ਪਿਛਲੇ ਦਿਨਾਂ ਤੋਂ ਆਪਾਂ ਦੇਖਦੇ ਹਾਂ ਆਪਣੀ ਮੈਂ ਫਿਰ ਕਹਿੰਦੀ ਹਾਂ ਵੀ ਆਪਣੀ ਲੜਾਈ ਉਸ ਬੰਦੇ ਨਾਲ ਨਹੀਂ ਕਿ ਉਹਨੂੰ ਕੁੱਟ ਕੁੱਟ ਕੇ ਆਪਾਂ ਖਤਮ ਕਰ ਦਈਏ ਆਪਣੀ ਲੜਾਈ ਉਹਨੂੰ ਵਾਰਨਿੰਗ ਸਖਤੀ ਨਾਲ ਵਾਰਨਿੰਗ ਦੇਣਾ ਔਰ ਜੇ ਉਹ ਫਿਰ ਵੀ ਨਹੀਂ ਹਟਦਾ ਫਿਰ ਆਪਣੇ ਕੋਲ ਕਾਨੂੰਨੀ ਰਾਹ ਹੈ ਫਿਰ ਆਪਾਂ ਕਰ ਲੈਂਦੇ ਹਾਂ ਤੁਹਾਡੇ ਆਪਦੇ ਇਲਾਕੇ ਦੀ ਗੱਲ ਕੀਤੀ ਜਾਵੇ ਤੁਹਾਡੇ ਪੁਲਿਸ ਥਾਣੇ ਅੰਦਰ ਜਿੰਨੇ ਮਤਲਬ ਪਿੰਡ ਪੈਂਦੇ ਨੇ ਮੈਂ ਦੇਖਿਆ ਨਸ਼ਾ ਬਹੁਤ ਜ਼ਿਆਦਾ ਹੈ ਕਿੰਨਾ ਕੁ ਏਰੀਆ ਕਲੀਨ ਹੋ ਗਿਆ ਔਰ ਕੀ ਟਾਰਗੇਟ ਰਹਿ ਗਿਆ ਹੋਰ ਉਹ ਪਿੰਡ ਸਾਫ਼ ਹੋ ਜਾਣ ਜਿਵੇਂ ਤੁਸੀਂ ਨੈਸ਼ਨਲ ਕੇਂਦਰਾਂ 'ਚ ਕੁਛ ਲੋਕਾਂ ਨੂੰ ਭਰਤੀ ਕਰਾਇਆ ਕਿੱਥੇ ਖੜਾ ਵੇਖਦੇ ਹੋ ਆਪਣੇ ਆਪ ਨੂੰ ਜਿਹੜਾ ਸਾਡਾ ਏਰੀਆ ਹੈਗਾ ਮਤਲਬ ਕਾਫੀ ਲੰਬਾ ਚੌੜਾ ਏਰੀਆ 38 ਪਿੰਡ ਦੇ ਵਿੱਚ ਹੈਗੇ ਨੇ ਮੇਰੇ ਉਹਦੇ ਵਿੱਚੋਂ ਕੁਛ 4-5 ਪਿੰਡ ਇੱਦਾਂ ਦੇ ਵੀ ਹੈਗੇ ਨੇ ਜਿੱਥੇ ਬਿਲਕੁਲ ਵੀ ਨਸ਼ਾ ਨਹੀਂ ਹੈਗਾ ਪਰ ਜਿਹੜਾ ਅਸੀਂ ਚੈਲੰਜ ਅਸੈਪਟ ਕੀਤਾ ਅਸੀਂ ਪ੍ਰਾਇਓਰਟੀ ਤੇ ਉਹ ਪਿੰਡ ਲਿਆ ਜਿੱਥੇ ਬਹੁਤ ਜ਼ਿਆਦਾ ਸੀ ਔਰ ਉਹਨਾਂ ਦੇ ਵਿੱਚੋਂ ਅਸੀਂ 2-4 ਪਿੰਡ ਕਲੀਅਰ ਕਰ ਲਏ 25% ਕੰਮ ਜੇ ਅਸੀਂ ਕਹੀਏ ਅਸੀਂ ਨਿਮੇੜ ਲਿਆ ਆ ਪਰ 75% ਹਾਲੇ ਬਾਕੀ ਹੈ ਇਹ ਕੰਮ ਕੁਛ ਵੀ ਨਹੀਂ ਮਤਲਬ ਹਾਲੇ ਬੜਾ ਘੱਟ ਹੋਇਆ ਮੇਰੇ ਹਿਸਾਬ ਨਾਲ ਮੇਰੀ ਸੈਟੀਸਫੈਕਸ਼ਨ ਇਹ ਹੈ ਵੀ ਹਾਲੇ ਬੜਾ ਘੱਟ ਹੋਇਆ ਔਰ ਜਿਹੜਾ ਸੈਕਿੰਡ ਹੈਗਾ ਸਾਡੇ ਸੀਗੇ ਗੋਨਿਆਣਾ ਮੰਡੀ ਇਹਦੇ ਵਿੱਚ ਇਕੱਲਾ ਨਸ਼ੇ ਨੂੰ ਲੈ ਕੇ ਨਹੀਂ ਸੀ ਇਹਦੇ ਵਿੱਚ ਚੋਰੀਆਂ ਵਰਗੀਆਂ ਘਟਨਾਵਾਂ ਸਨੈਚਿੰਗ ਵਰਗੀਆਂ ਘਟਨਾਵਾਂ ਬੜੀਆਂ ਸੀ ਪਰ ਮੈਂ ਤੁਹਾਨੂੰ ਇੱਥੇ ਇੱਕ ਚੰਗੀ ਖਬਰ ਦੱਸ ਦੇਵਾਂ ਵੀ ਪਿਛਲੇ ਮਹੀਨੇ ਤਾਂ ਬਿਲਕੁਲ 0 ਹੈ ਜਦੋਂ ਅਸੀਂ ਜੁਆਇਨ ਕੀਤਾ ਸੀ ਤਾਂ ਉਦੋਂ 76 ਸੀਗੀ ਐਵਰੇਜ ਇਹਨਾਂ ਦੀ ਇੱਕ ਮਹੀਨੇ ਦੀ ਫਿਰ ਉਸ ਤੋਂ ਅਗਲੇ ਮਹੀਨੇ ਜਦੋਂ ਥੋੜ੍ਹੀ ਮਿਹਨਤ ਕੀਤੀ ਤਾਂ ਫਿਰ ਵੀ 6-7 ਇੰਸੀਡੈਂਟ ਉਹਦੇ ਹੈਗੇ ਸੀ ਪਰ ਪਿਛਲੇ ਮਹੀਨੇ 0 ਹੈ ਚਲੋ ਇੱਥੇ ਸਾਨੂੰ ਲੱਗਦਾ ਵੀ ਪਬਲਿਕ ਦੇ ਸਾਥ ਨਾਲ ਸਾਡੇ ਹਾਰਡ ਵਰਕ ਨਾਲ ਸਾਡੇ ਆਫੀਸਰਸ ਦੇ ਸਹਿਯੋਗ ਨਾਲ ਜਿਹੜਾ ਸਾਡੀ ਵਧੀਆ ਅਚੀਵਮੈਂਟ ਹੈਗੀ ਜਦੋਂ ਸੋਸ਼ਲ ਮੀਡੀਆ ਦੇ ਲੋਕ ਕਮੈਂਟ ਕਰਦੇ ਨੇ ਕਿ ਦਬੰਗ SHO ਦਬੰਗ ਮਹਿਲਾ ਦਬੰਗ ਸਬ ਇੰਸਪੈਕਟਰ ਕਿਵੇਂ ਲੱਗਦਾ ਮਨ ਦੇ ਵਿੱਚ ਹੌਸਲਾ ਕਿੰਨਾ ਅਫਜ਼ਾਈ ਹੁੰਦਾ ਜਦੋਂ ਲੋਕ ਤੁਹਾਡੀ ਵਾਹ ਵਾਹ ਕਰਦੇ ਨੇ ਕਿ ਤੁਸੀਂ ਅੱਛਾ ਕਰ ਰਹੇ ਹੋ ਹਾਲਾਂਕਿ ਪੁਲਿਸ ਦੇ ਖਿਲਾਫ ਹੀ ਲੋਕ ਜ਼ਿਆਦਾ ਬੋਲਦੇ ਨੇ ਕਿਉਂਕਿ ਜਦੋਂ ਮੈਂ ਲੋਕਾਂ ਨੂੰ ਮਤਲਬ ਖਿਲਾਫ ਬੋਲਦੇ ਹੀ ਸੁਣਿਆ ਸੀ ਅੱਜ ਤੱਕ ਮੈਂ ਮਤਲਬ ਇੱਕ ਕਰੋਨਾ ਟਾਈਮ ਤੁਸੀਂ ਕਹਿ ਲਓ ਫਸਟ ਟਾਈਮ ਮੈਂ ਪ੍ਰੇਜ਼ ਹੁੰਦੀ ਸੁਣੀ ਹੈ ਪੁਲਿਸ ਮਹਿਕਮੇ ਦੀ ਚਲੋ ਸੈਕਿੰਡ ਹੋਰ ਇੱਕਾ ਦੁੱਕਾ ਕੰਮ ਵੀ ਹੈਗੇ ਨੇ ਥਰਡ 'ਤੇ ਜਿਹੜਾ ਹੁਣ ਸਾਨੂੰ ਉਮੀਦ ਇੰਨੀ ਨਹੀਂ ਸੀ ਕਿ ਲੋਕ ਸਾਨੂੰ ਇੰਨਾ ਜ਼ਿਆਦਾ ਸਾਥ ਔਰ ਪਿਆਰ ਦੇਣਗੇ ਔਰ ਲੋਕਾਂ ਦਾ ਪਿਆਰ ਅਤੇ ਸਹਿਯੋਗ ਹੀ ਹੈ ਜਿਹੜਾ ਸਾਡਾ ਹੌਸਲਾ ਹੋਰ ਵਧਾ ਕੇ ਮਤਲਬ ਅਸੀਂ ਹੋਰ ਇਹਨੂੰ ਦੁੱਗਣੀ ਤਿੱਗਣੀ ਮਿਹਨਤ ਨਾਲ ਕੰਮ ਕਰ ਰਹੇ ਹਾਂ ਅੱਜ ਵੀ ਸਾਨੂੰ ਕਾਫੀ ਪਿੰਡਾਂ 'ਚੋਂ ਫੋਨ ਆ ਰਹੇ ਨੇ ਖੁਸ਼ੀ ਉਦੋਂ ਹੁੰਦੀ ਹੈ ਜਦੋਂ ਆਪਦੇ ਏਰੀਏ ਤੋਂ ਹਟ ਕੇ ਵੀ ਬਾਕੀ ਏਰੀਆ 'ਚ ਫੋਨ ਆਉਂਦੇ ਨੇ ਇੱਕ ਦਿਨ ਮੈਨੂੰ ਮਤਲਬ ਹਰਿਆਣੇ ਤੋਂ ਕਿਸੇ ਨੇ ਅਪਰੋਚ ਕੀਤਾ ਕਿ ਜੀ ਸਾਨੂੰ ਤੁਸੀਂ ਥੋੜ੍ਹੀ ਗਾਈਡਲਾਈਨ ਦਿਓ ਇਹ ਕਿਵੇਂ ਹੋਊਗਾ ਮਤਲਬ ਫਿਰ ਲੱਗਦਾ ਵੀ ਹਾਂ ਠੀਕ ਹੈ ਇੱਕ ਮੋਗੇ ਤੋਂ ਕਾਫੀ ਫੋਨ ਆਏ ਨੇ ਕਈ ਪਿੰਡਾਂ 'ਚੋਂ ਮੈਨੂੰ ਫੋਨ ਪੂਰਾ ਦਿਨ ਆਉਂਦੇ ਹੀ ਰਹਿੰਦੇ ਨੇ ਫਿਰ ਲੱਗਦਾ ਵੀ ਹਾਂ ਆਪਾਂ ਕੁਛ ਠੀਕ ਕਰ ਰਹੇ ਹਾਂ ਕਿਸੇ ਨੂੰ ਆਪਾਂ ਗਾਈਡਲਾਈਨ ਦੇ ਸਕਦੇ ਹਾਂ ਸੋਸ਼ਲ ਮੀਡੀਆ 'ਤੇ ਤੋਂ ਵਾਇਰਲ ਵੀਡੀਓ ਵੇਖਦੇ ਨੇ ਤੁਹਾਡੇ SSP ਹੋ ਗਏ ADGP ਸਾਹਿਬ ਹੋ ਗਏ ਹੋਰ ਅਫਸਰ ਹੋ ਗਏ ਕਹਿੰਦੇ ਕੀ ਨੇ ਫਸਟ ਰਿਐਕਸ਼ਨ ਕੀ ਹੁੰਦਾ ਨਹੀਂ ਉਹ ਕਹਿੰਦੇ ਨੇ ਕਿ ਹਾਂ ਬਹੁਤ ਅੱਛਾ ਜਾ ਰਿਹਾ ਜੇ ਪਬਲਿਕ ਸਾਡੀ ਇਮੇਜ਼ ਹੈ ਤਾਂ ਮਤਲਬ ਅੱਛੀ ਬਣ ਰਹੀ ਆ ਸੈਕਿੰਡ ਮੈਂ ਤੁਹਾਨੂੰ ਜੇ ਬਿਲਕੁਲ ਹੀ ਸੱਚ ਕਹਾਂ ਤਾਂ ਮਤਲਬ ਇਹ ਹੁੰਦਾ ਵੀ
काम करदियां नूं रोकिया ही नहीं जांदा, इह वी वड्डी बड़ी वड्डी एप्रीशिएशन हुंदी है, मतलब इह कौड़ा सच है, मतलब कोई कोई इन्ना दिल दिखा मतलब वड्डा दिखा सकदा। कदे नेशन नूं लैके दबाव तां नहीं बनाया पुलिस बनियों कदे सीनियर ने कि इह नहीं करना इह नहीं करना, फ्री माइंड खुले दिल नाल कह रहे कि काम करो, बस सानूं नशा मुक्त चाहिए तुहाडा एरिया। आउटपुट चाहिए, नशा मुक्त चाहिए, कंट्रोवर्सी तो बिना चाहिए। मतलब देखो कंट्रोवर्सीज क्रिएट हो जाती है, वो लॉ एंड ऑर्डर की भी दिक्कत आती है, और ये है भी अचीवमेंट अपनी है, मतलब टचवुड हाले तक परमात्मा की इन्नी मेहर है भी, आप जिन्ना करे और ऑन मैरिट करते हैं, आप इस चीज़ को नहीं लैके चलते कि आह पांच बंदे है इन्हों चो आह बंदा अपने फेवर का छड़ना है तो आह बंदा नहीं, सारे इको जी ऑन मैरिट है, सारे इको जहा चैलेंज है, इको जी उन्होंने वास्ते असं वेलकम करते हैं जो छड़न लिये आते हैं, इको जी रिस्पैक्ट है, फिर कार्रवाई भी वह जी है, जो नहीं छड़ते तो ऑन मैरिट, कोई बंदा यह नहीं है भी ये पार्शलिटी है, इको जी असी कर। लास्ट सवाल मेरा उन्होंने नशा तस्करों ताड़ना की है करमजीत कौर की, जिम्मे वीडियो नज़र आ रहे हैं दबंग इन सब इंस्पैक्टर की ताड़ना की है उन्होंने स्नेहा। देखो इक्का दुक्का यह जे भी है जिन्हों के घर हूँ भी मैसेज असं पहुँचाए ने और सैक्रेटली भी पहुँचाने, जो रुकना तो रुको, अदरवाइज असं तुहाडे वल आउण वाले हाँ, जो फिर भी नहीं रुकते तो अपने परिवार को रोलन का जिम्मेवार आप ही ने, कार्रवाई हो जानी है, जेल चला जाना, पिछले परिवार ने रुलते रहना, उत्थे तरीकों से तुरे फिरना, फिर वो अपने जिम्मेवार आपने, असं फिर भी कहने भी लिहाज की उम्मीद ना करो, असं नहीं कर सकते, साडी जमीर अलाउ नहीं करती, जो कोई किसी के बच्चों रोलद उन्होंने कितने मतलब लिहाज कराया जाए जो कोई ढिल करी जाए नहीं। एक सवाल हो मेरे जहन जाए करमजीत, कहते मन च डर होया कि वे नशा तस्कर पंगा पैंता है, दो भी एक लेडीज़ का, क्योंकि अक्सर कहें कि लेडीज़ बंद कमजोर होंगे ने, पर हर खेत्र कमजोर नहीं है, व्डे व्डे ऑफिसर ने महिलाव, मन च डर बनता कदे? नहीं बिल्कुल भी नहीं बनता, क्योंकि जो अपन ये पता है कि आप सही ट्रैक पर जा रहे हैं, और जो लोग गलत ने चोर होने उन्होंने डरना चाहिए, असं क्यों डरी उन्होंने, बिल्कुल भी नहीं लगता। बिल्कुल ऐसी महिला सब इंस्पैक्टर जिसकी कितना कितने वाह वाह सोशल मीडिया से हो रही, असं गलबात की है कि आखिरकार किस पुलिस थाने तैनात ने और नशे को लेकर इन्होंने एक अभियान शुरू किया है उन्होंने पिंड जेड़े पिंड पुलिस थाने पेंदे ने, तो उन्होंने नशा छड़ाऊ केंद्रां दे विच भर्ती किया जिहड़े नशे दे आदि हो चुके सी, फिलहाल पिंड दे लोग एप्रीशिएट कर रहे ने, अफसर एप्रीशिएट कर रहे ने, पर यह दबंग महिला SHO नशे दे खिलाफ़ एक अभियान छेड़िया होया, तो अभियान दे तहत यह नशा मुक्त करन दा बीड़ा इस महिला सब इंस्पैक्टर ने चक्किया। सूरज भान न्यूज़ 18 पंजाब बठिंडा।